ਲੋ ਮਿੱਤਰੋ, ਅਤੇ ਆਪਾਂ ਤੁਹਾਨੂੰ ਕਰਾਉਂਦੇ ਹਾਂ ਸ਼ੌਂਕ ਡਿਫਰੈਂਟ ਨਸਲ ਦਾ ਕਬੂਤਰ ਆ ਬਾਈ। ਅਤੇ ਆਪਾਂ ਆਏ ਹਾਂ ਬਾਈ ਹਰਦੀਪ ਡਿੱਖਾਂ ਵਾਲੇ ਕੋਲ, ਬਾਈ ਕੋਲ। ਅਤੇ ਆ ਕਬੂਤਰ ਦਾ ਤੁਹਾਨੂੰ ਹਿਸਟਰੀ ਪੁੱਛਦਿਆਂ ਅਤੇ ਬਾਕੀ ਨਾਲੇ ਕਰਦਿਆਂ ਬਾਈ ਨਾਲ ਗੱਲਬਾਤ। ਕੀ ਹਾਲ ਆ ਬਾਈ? ਠੀਕ ਹੈ ਯਾਰ। ਅਤੇ ਇਹ ਬਾਈ ਕਬੂਤਰ ਮਤਲਬ ਕਿ ਇਹ ਕਿਹੜੇ? ਕਬੂਤਰ ਨਾ ਜਿਹੜਾ ਕਿ ਪੀਰ ਕੋਟਾਂ ਦੇ ਘਰੋਂ ਆਇਆ ਹੋਇਆ, ਕਰਤਪਾਲ ਦੇ ਸਰਦਾਰ ਦੇ ਅੱਛਾ ਜੀ ਭਰਾ ਹੀ ਹੈਗਾ ਆਪਣਾ। ਹਾਂਜੀ ਹਾਂਜੀ। ਅਤੇ ਇਹ ਰਾਮਗੜ੍ਹ ਸੀਗਾ ਕੌਰੀ ਕੋਲ, ਅੱਛਾ ਜੀ। ਅਤੇ ਆਪਾਂ ਹੁਣੀ ਲੈ ਕੇ ਆਉਂਦਾ ਉੱਥੋਂ ਆਇਆ ਹੋਇਆ। ਠੀਕ ਆ ਭਰਾ। ਅਤੇ ਕਿਵੇਂ ਆ ਬਾਈ ਇਹ, ਕਿਹੜੇ ਕਿਹੜੀ ਬਲੱਡ ਲਾਈਨ 'ਚੋਂ ਲੱਗਦਾ ਤੁਹਾਨੂੰ? ਇਹ ਯਾਰ ਮੇਰੇ ਹਿਸਾਬ ਨਾਲ ਮੂਹਣ ਸੋਲੇ ਕਬੂਤਰ ਹੈਗੇ। ਅੱਛਾ ਜੀ। ਅਤੇ ਫਿਰ ਉਹ ਕਾਕਾ ਜੀ ਨੂੰ ਆਪ ਨੂੰ ਵੱਧ ਪਤਾ ਹੋਊਗਾ। ਹਾਂਜੀ ਹਾਂਜੀ ਬਿਲਕੁਲ ਜੀ। ਅੱਛਾ ਇਹ ਕਬੂਤਰ ਹੈ ਜੀ। ਹਾਂ ਦੇਖੋ ਮਿੱਤਰੋ, ਸਿਰ ਲਾਲ ਆ ਅਤੇ ਪੂਛ ਕਾਲੀ ਆ, ਤਰੰਗਲਾ ਬਾਈ। ਆਹ ਕਬੂਤਰ ਦੇਖ ਸਕਦੇ ਹੋ, ਪੂਛ ਕਾਲੀ ਆ ਬਾਈ, ਸਿਰ ਲਾਲ ਆ ਉੱਪਰੋਂ ਅਤੇ ਧੌਣ ਮੂਹਰੋਂ ਲਾਲ ਆ ਸਰ। ਚਿੱਟੀਆਂ ਦਾ ਬਾਈ ਇਹ ਆ ਮੋਹਨ ਸਿੰਘ ਵਾਲਿਆਂ ਚੋਂ। ਫਿਰ ਉਹਨਾਂ ਨੂੰ ਪਤਾ ਹੋਊਗਾ ਬਾਈ ਹਰਦੀਪ ਕੋਲ ਆ ਬਾਈ ਇਹ ਕਿਹੜੇ ਕਬੂਤਰਾਂ ਚੋਂ। ਹਾਂਜੀ ਹਾਂਜੀ ਬਿਲਕੁਲ ਜੀ, ਪਤਾ ਹੋਊਗਾ ਜ਼ਿਆਦਾ। ਨਹੀਂ ਬਾਈ ਕਬੂਤਰ ਆਪਾਂ ਨੂੰ ਘੰਟਾ ਲੱਗਿਆ, ਆਪਾਂ ਤਾਂ ਵੀਡੀਓ ਬਣਾਈ ਇਹਦੇ ਵਿੱਚ, ਆ ਸੌਂਕ ਕਰਾਉਣਾ ਬਾਈਆਂ ਨੂੰ। ਅਤੇ ਪੱਲੇ ਖੋਲੋ ਬਾਈ ਇਹਦੇ ਬਣੇ, ਝਾੜ ਜਾ ਪਿਆ ਹੋਇਆ ਇਹਦੇ ਬਾਈ, ਲਏ ਨਹੀਂ ਬੱਚੇ ਫਿਰ ਕਿਹੋ ਜਿਹੇ ਲਿਆਂਦੇ? ਹੁਣ ਮਿਲਾਇਆ ਗਿਆ ਸੀ ਕਬੂਤਰ ਯਾਰ। ਅੱਛਾ ਜੀ। ਹਾਂ ਆ ਦੇਖ ਸਕਦੇ ਬਾਈ, ਲਾਲ ਸਿਰਾ ਕਾਲੀ ਪੂਛ ਵਾਲਾ ਜਮਾਂਦਰੂ, ਹਾਲੇ ਲਾਓ ਸਾ ਬਾਈ ਕਬੂਤਰ। ਅਤੇ ਕਮੈਂਟ ਕਰਕੇ ਦੱਸੋ ਭਰਾ ਕਬੂਤਰ ਕਿਵੇਂ ਲੱਗਿਆ, ਅਤੇ ਹੋਰ ਵੀ ਇਸੇ ਤਰ੍ਹਾਂ ਦੇ ਕਬੂਤਰ ਦੇਖਣ ਲਈ ਘੈਂਟ ਘੈਂਟ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਕੀ ਲਵ ਯੂ ਹੈ ਸਾਰੇ ਵੀਰਾਂ ਨੂੰ।